ਕੋਈ ਬਿਮਾਰੀ ਨੀ ਸੀਗੀ, ਬਿਲਕੁਲ ਤੰਦਰੁਸਤ ਆਈ ਤੁਹਾਡੇ ਕੋਲ ਸਾਡੇ ਜੀਜਾ ਜੀ ਜੀ ਤੇ ਜਿਹਨਾਂ ਦੀ ਡੈਥ ਹੋਈ ਉਹ ਕੌਣ? ਸਾਡੀ ਸਿਸਟਰ ਜੀ। ਕਿੰਨੇ ਬੱਚੇ ਸੀ? ਤਿੰਨ ਬੱਚੇ, ਦੋ ਕੁੜੀਆਂ ਇੱਕ ਮੁੰਡਾ ਛੋਟਾ ਜਿਹਾ। ਤੇ ਅੱਜ ਕੀ ਵਾਪਰਿਆ ਹੋਇਆ? ਸਰ ਬੋਲਦੇ ਸਵੇਰੇ ਆਪਰੇਸ਼ਨ ਕਰਨ ਥੀਏਟਰ 'ਚ ਗਏ ਤੇ ਬੋਲਦੇ ਬਸ ਬਲੱਡ ਹੀ ਵਗਣ ਗਿਆ। ਕਿਸ ਚੀਜ਼ ਦਾ ਆਪਰੇਸ਼ਨ? ਪੱਥਰੀ ਦਾ ਆਪਰੇਸ਼ਨ ਹੋਇਆ ਸਰ ਜੀ। ਤੇ ਕਿਹੜੀ ਜਗ੍ਹਾ ਤੋਂ ਕਰਾਇਆ ਸੀ? ਪਿੱਤੇ ਦੇ ਆਪਰੇਸ਼ਨ ਦਾ। ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾ ਰਹੇ? ਬੰਦਾ ਨਹੀਂ ਮਰਦਾ। ਹਸਪੀਟਲ ਦਾ ਨਾਮ? ਹਸਪੀਟਲ ਦਾ ਨਾਮ ਜੀ ਸੁੱਧ ਸਦਨ। ਨਹੀਂ ਮਰਦਾ। ਤੇ ਕਿਹੜਾ ਡਾਕਟਰ ਕਿਹੜਾ ਸੀ ਪਤਾ? ਡਾਕਟਰ ਸਰ ਵੱਡਾ ਡਾਕਟਰ ਹੀ ਹੈ, ਨਾਂ ਦੀ ਨਾ ਹੁੰਦਾ ਪਤਾ। ਕਿੰਨੀ ਏਜ ਤੁਹਾਡੀ ਸਿਸਟਰ ਦੀ? ਡੈਥ ਹੋ ਗਿਆ। ਜੋ ਉਹਦੀ ਫੈਮਿਲੀ ਹੈ, ਜਿਹੜੀ ਲੜਕੀ ਦੀ ਡੈਥ ਹੋਈ, ਉਹਦੀ ਫੈਮਿਲੀ ਡਿਮਾਂਡ ਕਰ ਰਹੀ ਹੈ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ, ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ ਉਹੀ ਅਡੋਪਟ ਕਰ ਰਹੇ ਹਾਂ। ਫਿਲਹਾਲ ਅਸੀਂ ਡੈਡ ਬੋਡੀ ਜਿਹੜੀ ਹੈ ਉਹ ਸਿਵਲ ਹਸਪੀਟਲ ਮੋਰਚਰੀ 'ਚ ਸ਼ਿਫਟ ਕਰਤੀ ਹੈ, ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਕੋਈ ਬਿਮਾਰੀ ਨੀ ਸੀਗੀ, ਬਿਲਕੁਲ ਤੰਦਰੁਸਤ ਆਈ ਤੁਹਾਡੇ ਕੋਲ। ਸਾਡੇ ਜੀਜਾ ਜੀ ਜੀ ਤੇ ਜਿਹਨਾਂ ਦੀ ਡੈਥ ਹੋਈ ਉਹ ਕੌਣ? ਸਾਡੀ ਸਿਸਟਰ ਜੀ। ਕਿੰਨੇ ਬੱਚੇ ਸੀ? ਤਿੰਨ ਬੱਚੇ, ਦੋ ਕੁੜੀਆਂ ਇੱਕ ਮੁੰਡਾ ਛੋਟਾ ਜਿਹਾ। ਤੇ ਅੱਜ ਕੀ ਵਾਪਰਿਆ ਹੋਇਆ? ਸਰ ਬੋਲਦੇ ਸਵੇਰੇ ਆਪਰੇਸ਼ਨ ਕਰਨ ਥੀਏਟਰ 'ਚ ਗਏ ਤੇ ਬੋਲਦੇ ਬਸ ਬਲੱਡ ਹੀ ਵਗਣ ਗਿਆ। ਕਿਸ ਚੀਜ਼ ਦਾ ਆਪਰੇਸ਼ਨ ਸੀ? ਪੱਥਰੀ ਦਾ ਆਪਰੇਸ਼ਨ ਹੋਇਆ ਜੀ। ਤੇ ਕਿਹੜੀ ਜਗ੍ਹਾ ਤੋਂ ਕਰਾਇਆ ਸੀ? ਪਿੱਤੇ ਦੇ ਆਪਰੇਸ਼ਨ ਦਾ। ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾਇਆ? ਬੰਦਾ ਨਹੀਂ ਮਰਦਾ। ਹਸਪੀਟਲ ਦਾ ਨਾਮ? ਹਸਪੀਟਲ ਦਾ ਨਾਮ ਜੀ ਸੁੱਧ ਸਦਨ। ਨਹੀਂ ਮਰਦਾ। ਤੇ ਕਿਹੜਾ ਡਾਕਟਰ ਕਿਹੜਾ ਸੀ ਪਤਾ? ਡਾਕਟਰ ਸਰ ਵੱਡਾ ਡਾਕਟਰ ਹੀ ਹੈ, ਨਾਂ ਦੀ ਨਾ ਹੁੰਦਾ ਪਤਾ। ਕਿੰਨੀ ਏਜ ਤੁਹਾਡੀ ਸਿਸਟਰ ਦੀ? ਹਲੇ 27-28 ਸਾਲ ਉਮਰਾਂ ਦੀ। ਕੋਈ ਜੀ ਉਹਨਾਂ ਨਾਂ ਲਿਖਦਾ ਸਾਹਮਣੇ? ਛੋਟੇ ਬੱਚੇ, ਇੰਨੇ ਬੱਚੇ ਰਹਿ ਗਏ ਸਰ। ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਤੁਸੀਂ? ਸਰ ਉਹ ਤਾਂ ਕਰਨੇ ਪੈਣੀ ਹੈ। ਭਾਵਨਾ ਨਾਂ ਦੀ ਲੜਕੀ ਹੈ, ਉਹਦਾ ਜਿਹੜਾ ਪਿੱਤੇ ਦਾ ਆਪਰੇਸ਼ਨ ਸੀਗਾ, ਜਿਹੜੇ ਜੋ ਐਜ਼ ਪਰ ਸਾਡੀ ਇਨਫੋਰਮੇਸ਼ਨ, ਉਹਦਾ ਪਿੱਤੇ ਦਾ ਆਪਰੇਸ਼ਨ ਚੱਲ ਰਿਹਾ ਸੀਗਾ, ਜਿਹਦੇ ਵਿੱਚ ਕੋਈ ਕੰਪਲੀਕੇਸ਼ਨ ਆਉਣ ਕਰਕੇ ਜਿਹੜਾ ਉਹਦੀ ਡੈਥ ਹੋ ਗਿਆ। ਜੋ ਉਹਦੀ ਫੈਮਿਲੀ ਹੈ, ਜਿਹਦੀ ਲੜਕੀ ਦੀ ਡੈਥ ਹੋਈ, ਉਹਦੀ ਫੈਮਿਲੀ ਡਿਮਾਂਡ ਕਰ ਰਹੀ ਹੈ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ, ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ ਉਹੀ ਅਡੋਪਟ ਕਰ ਰਹੇ ਹਾਂ। ਫਿਲਹਾਲ ਅਸੀਂ ਡੈਡ ਬੋਡੀ ਜਿਹੜੀ ਹੈ ਉਹ ਸਿਵਲ ਹਸਪੀਟਲ ਮੋਰਚਰੀ 'ਚ ਸ਼ਿਫਟ ਕਰਤੀ ਹੈ, ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਕੋਈ ਬਿਮਾਰੀ ਨੀ ਸੀਗੀ, ਬਿਲਕੁਲ ਤੰਦਰੁਸਤ ਆਈ ਤੁਹਾਡੇ ਕੋਲ। ਸਾਡੇ ਜੀਜਾ ਜੀ ਜੀ ਤੇ ਜਿਹਨਾਂ ਦੀ ਡੈਥ ਹੋਈ ਉਹ ਕੌਣ? ਸਾਡੀ ਸਿਸਟਰ ਜੀ। ਕਿੰਨੇ ਬੱਚੇ ਸੀ? ਤਿੰਨ ਬੱਚੇ, ਦੋ ਕੁੜੀਆਂ ਇੱਕ ਮੁੰਡਾ ਛੋਟਾ ਜਿਹਾ। ਤੇ ਅੱਜ ਕੀ ਵਾਪਰਿਆ ਹੋਇਆ? ਸਰ ਬੋਲਦੇ ਸਵੇਰੇ ਆਪਰੇਸ਼ਨ ਕਰਨ ਥੀਏਟਰ 'ਚ ਗਏ ਤੇ ਬੋਲਦੇ ਬਸ ਬਲੱਡ ਹੀ ਵਗਣ ਗਿਆ। ਕਿਸ ਚੀਜ਼ ਦਾ ਆਪਰੇਸ਼ਨ ਸੀ? ਪੱਥਰੀ ਦਾ ਆਪਰੇਸ਼ਨ ਹੋਇਆ ਜੀ। ਤੇ ਕਿਹੜੀ ਜਗ੍ਹਾ ਤੋਂ ਕਰਾਇਆ ਸੀ? ਪਿੱਤੇ ਦੇ ਆਪਰੇਸ਼ਨ ਦਾ। ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾਇਆ? ਬੰਦਾ ਨਹੀਂ ਮਰਦਾ। ਹਸਪੀਟਲ ਦਾ ਨਾਮ? ਹਸਪੀਟਲ ਦਾ ਨਾਮ ਜੀ ਸੁੱਧ ਸਦਨ। ਨਹੀਂ ਮਰਦਾ। ਤੇ ਕਿਹੜਾ ਡਾਕਟਰ ਕਿਹੜਾ ਸੀ ਪਤਾ? ਡਾਕਟਰ ਸਰ ਵੱਡਾ ਡਾਕਟਰ ਹੀ ਹੈ, ਨਾਂ ਦੀ ਨਾ ਹੁੰਦਾ ਪਤਾ। ਕਿੰਨੀ ਏਜ ਤੁਹਾਡੀ ਸਿਸਟਰ ਦੀ? ਹਲੇ 27-28 ਸਾਲ ਉਮਰਾਂ ਦੀ। ਕੋਈ ਜੀ ਉਹਨਾਂ ਨਾਂ ਲਿਖਦਾ ਸਾਹਮਣੇ? ਛੋਟੇ ਬੱਚੇ, ਇੰਨੇ ਬੱਚੇ ਰਹਿ ਗਏ ਸਰ। ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਤੁਸੀਂ? ਸਰ ਉਹ ਤਾਂ ਕਰਨੇ ਪੈਣੀ ਹੈ। ਭਾਵਨਾ ਨਾਂ ਦੀ ਲੜਕੀ ਹੈ, ਉਹਦਾ ਜਿਹੜਾ ਪਿੱਤੇ ਦਾ ਆਪਰੇਸ਼ਨ ਸੀਗਾ, ਜਿਹੜੇ ਜੋ ਐਜ਼ ਪਰ ਸਾਡੀ ਇਨਫੋਰਮੇਸ਼ਨ,
ਉਹਦਾ ਪਿੱਤੇ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੋਈ ਕੰਪਲੀਕੇਸ਼ਨ ਆਉਣ ਕਰਕੇ ਜਿਹੜਾ ਉਹਦੀ ਡੈਥ ਹੋ ਗਈ। ਜੋ ਉਹਦੀ ਫੈਮਿਲੀ ਹੈ ਜਿਹੜੀ ਜਿਹਦੀ ਲੜਕੀ ਦੀ ਡੈਥ ਹੋਈ ਉਹਦੀ ਫੈਮਿਲੀ ਡਿਮਾਂਡ ਕਰ ਰਹੀ ਹੈ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ ਉਹੀ ਅਡੋਪਟ ਕਰ ਰਹੇ ਹਾਂ। ਫਿਲਹਾਲ ਅਸੀਂ ਡੈਡ ਬੋਡੀ ਜਿਹੜੀ ਹੈ ਉਹ ਸਿਵਲ ਹੋਸਪਿਟਲ ਮੋਰਚ ਵਿੱਚ ਸ਼ਿਫਟ ਕਰਤੀ ਹੈ ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ।